ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੋਈ 2 ਮਹੀਨਿਆਂ ਤੋਂ ਗਾਜ਼ਦੀਪੁਰ ਬਾਰਡਰ ਤੇ ਡਟੇ ਰਾਸ਼ਟਰੀ ਕਿਸਾਨ ਮਜ਼ਦੂਰ ਸੰਘ ਨੇ ਅੱਜ ਆਪਣਾ ਅੰਦੋਲਨ ਖਤਮ ਕਰਨ ਦਾ ਐਲਾਨ ਕੀਤਾ। ਜੱਥੇਬੰਦੀ ਦੇ ਰਾਸ਼ਟਰੀ ਪ੍ਰਧਾਨ ਵੀ.ਐਮ. ਸਿੰਘ ਨੇ ਅਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਕੈਤ ਤੇ ਗਈ ਗੰਭੀਰ ਇਲਜ਼ਾਮ ਲਗਾਉਂਦਿਆਂ ਕਿ ਆ ਕੇ ਅਸੀਂ ਲੋਕਾਂ ਨੂੰ ਕਟਾਉਣ ਲਈ ਇੱਥੇ ਨਹੀਂ ਆਏ ਆਂ ਅਤੇ ਅਸੀਂ ਦੇਸ਼ ਨੂੰ ਬਦਨਾਮ ਨਹੀਂ ਕਰਨਾ ਚਾਹੁੰਦੇ। ਵੀ.ਐਮ. ਸਿੰਘ ਨੇ ਕਿਹਾ ਕਿ ਟਕੈਤ ਨੇ ਇੱਕ ਵੀ ਮੀਟਿੰਗ ਵਿੱਚ ਗੱਣਾ ਕਿਸਾਨਾਂ ਦੀ ਮੰਗ ਨਹੀਂ ਉਠਾਈ। ਉਨਾ ਕਹਿਆ ਕਿ ਅਸੀਂ ਅਜਿਹੇ ਵਿਅਕਤੀ ਨਾਲ ਅੰਦੋਲਨ ਨੂੰ ਅੱਗੇ ਨਹੀਂ ਵਧਾ ਸਕਦੇ ਜਿਸ ਦੀ ਦਿਸ਼ਾ ਕੋਈ ਹੋਰ ਹੀ ਹੋਵੇ ਇਸ ਤੋਂ ਪਹਿਲਾਂ ਅੱਜ ਬਾਦ ਦੁਪਹਿਰ ਸੰਯੁਕਤ ਕਿਸਾਨ ਮੋਰਚਾ ਨੇ ਗਣਤੰਤਰ ਦਿਵਸ ਤੇ ਦਿੱਲੀ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੇ ਚਰਚਾ ਕਰਨ ਲਈ ਮੀਟਿੰਗ ਸੱਦੀ